ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਮੈਲਬਨ ਦੇ ਸਾਊਥ ਈਸਟ ਸਵਰਬ ਲਿਨਬਰੁਕ ਵਿੱਚ ਚੱਲ ਰਹੀ ਗੁਰਮਤ ਅਕੈਡਮੀ। ਗੁਰਮਤ ਅਕੈਡਮੀ ਵਿੱਚ ਇਸ ਸਮੇਂ 241 ਬੱਚੇ ਪੜ੍ਹ ਰਹੇ ਹਨ, ਜਿਨ੍ਹਾਂ ਦੇ ਵਿੱਚੋਂ 231 ਬੱਚੇ ਸਿੱਖ ਇਤਿਹਾਸ, 233 ਬੱਚੇ ਪੰਜਾਬੀ, 91 ਬੱਚੇ ਗੱਤਕਾ ਅਤੇ 48 ਬੱਚੇ ਕੀਰਤਨ ਸਿੱਖ ਰਹੇ ਹਨ। ਇਹਨਾਂ ਦੇ ਨਾਲ ਨਾਲ ਪਰਿਵਾਰ ਭਲਾਈ, ਸਿਹਤ ਭਲਾਈ, ਫੈਮਿਲੀ ਬੋਇਲੈਂਸ, ਬੋਲਿੰਗ ਆਦਿ ਦੀਆਂ ਵਰਕਸ਼ਾਪ ਵੀ ਪਰਿਵਾਰਾਂ ਦੇ ਲਈ, ਮਾਪਿਆਂ ਦੇ ਲਈ ਲਗਾਈਆਂ ਜਾਂਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਆ ਕੇ ਮੈਨੂੰ ਵਧੀਆ ਲੱਗਦਾ, ਕਿਉਂਕਿ ਮੈਨੂੰ ਮੇਰੇ ਦੋਸਤਾਂ ਨਾਲ ਖੇਡਣ ਲਈ ਮਿਲਦਾ, ਨਾਲੇ ਕੁਛ ਨਵਾਂ ਸਿੱਖਣ ਲਈ ਮਿਲਦਾ ਹਰ ਰੋਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿੱਚ ਪਿਛਲੇ 6 ਮਹੀਨੇ ਤੋਂ ਇੱਥੇ ਬੱਚੇ ਆ ਰਹੇ ਨੇ ਅਤੇ ਉਹਨਾਂ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਆ। ਜਿਵੇਂ ਘਰ ਵਿੱਚ ਉਹ ਪੁੱਛਦੇ ਆ ਸਿੱਖ ਹਿਸਟਰੀ ਬਾਰੇ, ਪੁੱਛਦੇ ਆ, ਪੰਜਾਬੀ ਵਿੱਚ ਗੱਲ ਕਰਨਾ ਸਿੱਖ ਗਏ ਆ, ਬਾਹਰ ਅੰਦਰ ਵੀ ਜਾਂਦੇ ਆ, ਦੂਸਰੇ ਬੱਚਿਆਂ ਨੂੰ ਵੀ ਸਮਝਾਉਂਦੇ ਆ ਵੀ ਪੰਜਾਬੀ 'ਚ ਕਿਸ ਤਰ੍ਹਾਂ ਗੱਲ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਕੂਲ ਤੋਂ ਬਹੁਤ ਜ਼ਿਆਦਾ ਸਿੱਖਿਆ ਮਿਲਦੀ ਆ। ਇੱਥੇ ਸਿੱਖ ਹਿਸਟਰੀ ਕਲਾਸ ਲੱਗਦੀ ਆ, ਗੱਤਕੇ ਦੀ ਕਲਾਸ ਲੱਗਦੀ ਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਗੁਰਮਤਿ ਸਕੂਲ ਬਾਰੇ ਕੁਛ ਬੋਲਣਾ ਚਾਹੁੰਦੀ ਹਾਂ। ਮੈਨੂੰ ਇਸ ਸਕੂਲ ਦੇ ਨਾਲ ਜੁੜੇ ਮੋਰ ਦੈਨ 1 ਈਅਰ ਹੋ ਗਿਆ ਕਿ ਮੈਂ ਆਪਣੀ ਬੇਟੀ ਨੂੰ ਇੱਥੇ ਲੈ ਕੇ ਆਉਂਦੀ ਹਾਂ। ਮੈਂ ਉਹਦੇ ਵਿੱਚ ਬਹੁਤ ਸਾਰੀ ਇੰਪਰੂਵਮੈਂਟ ਦੇਖੀ ਹੈ। ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਪਲੀਜ਼ ਤੁਸੀਂ ਆਪਣੇ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ, ਕਿ ਇਹ ਬਹੁਤ ਹੀ ਬੈਨੀਫਿਸ਼ੀਅਲ ਗੁਰਮਤਿ ਸਕੂਲ ਆ, ਤੁਹਾਨੂੰ ਬੱਚਿਆਂ ਨੂੰ ਬਹੁਤ ਹੀ ਚੰਗੀਆਂ ਚੀਜ਼ਾਂ ਸਿੱਖਣਗੀਆਂ। ਐਵਰੀ ਵੀਕ ਜਿੱਦਾਂ ਉਹ ਦੁਮਾਲਾ ਸਾਹਿਬ ਸਜਾਉਂਦੀ ਆ, ਉਹ ਬਹੁਤ ਵਧੀਆ ਲੱਗਦਾ। ਕਿਤੇ ਵੀ ਗੁਰਦੁਆਰਾ ਸਾਹਿਬ ਜਾਂਦੀ ਆ, ਸਾਰੇ ਉਹਨੂੰ ਇੰਨੀ ਰਿਸਪੈਕਟ ਦਿੰਦੇ, ਇੰਨਾ ਪਿਆਰ ਕਰਦੇ ਆ, ਉਹ ਸਭ ਕੁਛ ਇਹਨੇ ਇੱਥੋਂ ਸਿੱਖਿਆ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰਮਤਿ ਅਕੈਡਮੀ ਦੀਆਂ ਕਲਾਸਾਂ ਦਾ ਪੈਟਰਨ ਇਸ ਪ੍ਰਕਾਰ ਹੈ। ਪੰਜਾਬੀ ਦੇ 11 ਸੈਕਸ਼ਨ, ਸਿੱਖ ਇਤਿਹਾਸ ਦੇ 8 ਸੈਕਸ਼ਨ, ਗੱਤਕੇ ਦੇ 3 ਸੈਕਸ਼ਨ, ਕੀਰਤਨ ਦੇ 14 ਸੈਕਸ਼ਨ, ਸੋ ਕੁੱਲ ਕਲਾਸਾਂ 34। ਗੁਰਮਤਿ ਅਕੈਡਮੀ ਦੀ ਸ਼ੁਰੂਆਤ ਜਨਵਰੀ 2016 ਵਿੱਚ 30 ਬੱਚਿਆਂ ਦੇ ਨਾਲ ਹੋਈ। ਅੱਜ ਜੂਨ 2019 ਵਿੱਚ ਅਕੈਡਮੀ ਕੋਲ 241 ਬੱਚੇ ਪੜ੍ਹ ਰਹੇ ਹਨ ਅਤੇ ਜਗ੍ਹਾ ਦੀ ਘਾਟ ਹੋਣ ਕਰਕੇ ਤਕਰੀਬਨ 70 ਬੱਚੇ ਵੇਟਿੰਗ ਲਿਸਟ ਵਿੱਚ ਚੱਲ ਰਹੇ ਹਨ। ਅਕੈਡਮੀ ਦੇ ਕੋਲ ਇਸ ਸਮੇਂ 23 ਅਧਿਆਪਕ ਪੜ੍ਹਾ ਰਹੇ ਹਨ। ਹਰੇਕ ਐਤਵਾਰ ਨੂੰ ਬੱਚਿਆਂ ਅਤੇ ਮਾਪਿਆਂ ਦੇ ਲਈ ਲੰਗਰ ਵੀ ਤਿਆਰ ਕੀਤਾ ਜਾਂਦਾ ਹੈ। ਇਸ ਸਮੇਂ ਸਾਰੀਆਂ ਕਲਾਸਾਂ ਲਿਨਬਰੁਕ ਕਮਿਊਨਿਟੀ ਸੈਂਟਰ ਵਿੱਚ ਚੱਲ ਰਹੀਆਂ ਹਨ, ਸੋ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਪਿਛਲੇ ਸਾਲ ਅਕੈਡਮੀ ਵੱਲੋਂ 1734 ਸਾਊਥ ਗਿਪਸਲੈਂਡ ਹਾਈਵੇ ਡੈਵਿਨ ਮੈਡੋਜ਼ ਵਿੱਚ ਜਗ੍ਹਾ ਖਰੀਦੀ ਗਈ ਸੀ। ਸੋ ਜਗ੍ਹਾ ਦਾ ਪਰਮਿਟ ਪਾਸ ਹੋਣ ਦੇ ਨਾਲ ਹੀ ਹੁਣ ਅਸੀਂ ਬਿਲਡਿੰਗ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਬਿਲਡਿੰਗ ਉੱਤੇ ਤਕਰੀਬਨ $6 ਲੱਖ ਦਾ ਖਰਚਾ ਹੈ। ਇਸ ਬਿਲਡਿੰਗ ਵਿੱਚ ਇੱਕ ਹਾਲ, 6 ਕਮਰੇ ਬਣਨਗੇ ਤਾਂ ਜੋ ਆਉਣ ਵਾਲੇ ਬੱਚਿਆਂ ਦੇ ਲਈ ਦਾਖਲਾ ਸੰਭਵ ਹੋ ਸਕੇ। ਸੰਗਤਾਂ ਜਾਣਦੀਆਂ ਹਨ ਕਿ ਸਾਊਥ ਈਸਟ ਸਿਟੀ ਆਫ ਕੇਸੀ, ਸਿਟੀ ਆਫ ਫਰੈਂਕਸਟਨ ਵਿੱਚ ਜ਼ਰੂਰਤਮੰਦ ਲੋਕਾਂ ਤੱਕ ਪ੍ਰਸ਼ਾਦਾ ਪਹੁੰਚਾਉਣ ਦੇ ਲਈ ਸਿੱਖ ਵਲੰਟੀਅਰਸ ਵੱਲੋਂ ਇੱਕ ਫ੍ਰੀ ਫੂਡ ਵੈਨ ਚਲਾਈ ਜਾ ਰਹੀ ਹੈ। ਇਸ ਦਾ ਜੋ ਰਸੋਈ ਘਰ ਹੈ ਉਹ ਵੀ 1734 ਸਾਊਥ ਗਿਪਸਲੈਂਡ ਹਾਈਵੇ ਡੈਵਨ ਮੈਡੋਸ ਵਿੱਚ ਨਵੀਂ ਲਈ ਜ਼ਮੀਨ ਦੇ ਉੱਪਰ ਬਣਨ ਜਾ ਰਿਹਾ ਹੈ, ਤਾਂ ਜੋ ਹੋਰ ਵੀ ਵੱਧ ਤੋਂ ਵੱਧ ਜ਼ਰੂਰਤਮੰਦ ਲੋਕ ਉਹਨਾਂ ਤੱਕ ਪ੍ਰਸ਼ਾਦਾ ਪਹੁੰਚਾਇਆ ਜਾ ਸਕੇ। ਬੱਚੇ ਸਾਡਾ ਭਵਿੱਖ ਹਨ। ਹਰ ਇੱਕ ਮਾਤਾ ਪਿਤਾ ਦੀ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ ਸਿੱਖ ਇਤਿਹਾਸ, ਪੰਜਾਬੀ ਵਿਰਸੇ, ਆਪਣੀ ਬੋਲੀ ਦੇ ਨਾਲ ਜੁੜੇ। ਜੇਕਰ ਅਸੀਂ ਬੱਚਿਆਂ ਨੂੰ ਸ਼ੁਰੂਆਤ ਤੋਂ ਹੀ, ਛੋਟੇ ਹੁੰਦਿਆਂ ਤੋਂ ਹੀ ਇਸ ਪਾਸੇ ਜੋੜਾਂਗੇ ਤਾਂ ਉਹਨਾਂ ਦੇ ਲਈ ਜੁੜਨਾ ਆਸਾਨ ਹੋ ਜਾਂਦਾ ਹੈ। ਪਰ ਜਦੋਂ ਜਦੋਂ ਬੱਚੇ, ਜਿੱਦਾਂ ਜਿੱਦਾਂ ਬੱਚੇ ਵੱਡੇ ਹੁੰਦੇ ਹਨ, ਉਹਨਾਂ ਨੂੰ ਆਪਣੀ ਭਾਸ਼ਾ, ਆਪਣੀ ਬੋਲੀ ਦੇ ਨਾਲ ਜੋੜਨਾ ਉਨਾ ਹੀ ਔਖਾ ਹੁੰਦਾ ਹੈ। ਗੁਰਮਤਿ ਅਕੈਡਮੀ ਇੱਕ ਨੋਨ ਪ੍ਰੋਫਿਟ ਇਨਕੋਰਪੋਰੇਟ ਸੰਸਥਾ ਹੈ। ਸਾਡੀ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਨੂੰ ਇਸ ਸਮੇਂ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ, ਤਾਂ ਜੋ ਇਹ ਜੋ ਬਿਲਡਿੰਗ ਦਾ ਕਾਰਜ ਜਲਦੀ ਤੋਂ ਜਲਦੀ ਨੇਪਰੇ ਚੜ੍ਹ ਸਕੇ ਅਤੇ ਅਸੀਂ ਇਹਨਾਂ ਸੇਵਾਵਾਂ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ, ਸੁਚੱਜੇ ਢੰਗ ਦੇ ਨਾਲ ਕਰ ਸਕੀਏ। ਇਸ ਵਾਸਤੇ ਸਾਰੀਆਂ ਸੰਗਤਾਂ ਆਪਣੇ ਦਸਵੰਧ ਵਿੱਚੋਂ ਸੰਸਥਾ ਦੀ ਪੂਰੀ ਸਹਾਇਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।